लेकिन ताज़ा मामला इसका सामने आया है बरनाला के संधुपत्ती इलाके दे विच जिथे के घड़ूआ रोड दे विच एक घर दे विच रिक्शा चलाने वाले व्यक्ति ने मामूली कलेश दे चलदे अपनी जीवन लई लाख खत्म कर ले। दरअसल दो दिन पहला ही उसका मुहल्ले दे विच टकरा होया सी ते दो दिन वह मुहल्ले दे विच विखाई नहीं दिता ते जदों मुहल्ला वासियां वल्लों उसके घर जाके उसनों मिलन की कोशिश की गई तां घर दे विच ही लटकदी हुई लाश लोगों नूं वेखण नूं मिली ते इस तों बाद पुलिस प्रशासन ने मौके ते पहुंच के मामले की जांच शुरू कर दी है। ਅਸੀਂ ਸੰਧੂਪੱਤੀ ਘੜੂਆਂ ਰੋਡ 'ਤੇ ਰਹਿੰਦੇ ਹਾਂ ਜੀ। ਇਹ ਜਿਹੜੇ ਜਿੱਥੇ ਇਹਨੇ ਸੁਸਾਈਡ ਕੀਤੀ ਹੈ ਇਹ 5 ਨੰਬਰ ਗਲੀ ਹੈ ਜੀ। ਇਹ ਆਪਣੇ ਇੱਥੇ 4 ਸਾਲ ਦਾ ਰਹਿੰਦਾ ਸੀ ਮੁੰਡਾ, ਆਪਣਾ ਆਟੋ ਚਲਾਉਂਦਾ ਸੀ, ਆਪਦਾ ਘਰ ਬਾਰ ਵਧੀਆ ਚਲਾਈ ਜਾਂਦਾ ਸੀ। ਕੋਈ ਇੰਨਾ ਕੋਈ ਲੜਾਈ ਝਗੜਾ ਵੀ ਅਸੀਂ ਇੰਨਾ ਸੁਣਿਆ ਨਹੀਂ ਸੀ ਕਦੇ ਅੱਗੇ ਵੀ, ਪਰ ਹੁਣ ਕੋਈ ਮਾੜਾ ਮੋਟਾ ਕੋਈ ਤੂੰ ਮੈਂ ਘਰ 'ਚ ਹੋ ਜਾਂਦੀ ਹੁੰਦੀ ਹੈ। ਇਹ ਜੀ 2 ਦਿਨ ਹੋ ਗਏ ਜੀ ਬਾਹਰ ਨਿਕਲਿਆ ਨਹੀਂ। ਆਸ ਗੁਆਂਢ ਇੱਥੇ ਨਾਲ ਵਾਲਿਆਂ ਨੇ ਵੀ ਦੱਸਿਆ, ਅਸੀਂ ਉਹ ਰੋਡ 'ਤੇ ਰਹਿੰਦੇ, ਸਾਨੂੰ ਵੀ ਪਤਾ ਵੀ ਇਹ ਕਹਿੰਦੇ ਵੀ 2 ਦਿਨਾਂ ਦਾ ਬਾਹਰ ਨਹੀਂ ਨਿਕਲਿਆ। ਇਹ ਸਾਨੂੰ ਪਰਸੋਂ ਮਿਲਿਆ ਵੀ ਸੀਗਾ, ਇੱਥੇ ਰੋਡ 'ਤੇ ਮਿਲਿਆ ਸੀ, ਖੜ੍ਹਾ ਸੀ ਸਾਡੇ ਕੋਲ। ਕਹਿੰਦਾ ਵੀ ਐਂ ਕਰਕੇ ਵੀ ਮੈਂ ਘਰ ਮਾੜਾ ਜਿਹਾ ਤੂੰ ਮੈਂ ਹੋਈ ਆ, ਪਰ ਕੋਈ ਇੰਨੀ ਕੋਈ ਜ਼ਿਆਦਾ ਵੀ ਨਹੀਂ ਹੋਈ, ਸਾਨੂੰ ਤਾਂ ਸੀ ਹੋਈ ਮਾੜੀ ਮੋਟੀ ਹੋਈ ਹੋਊਗੀ। ਬਸ ਉਦੋਂ ਬਾਅਦ 2 ਦਿਨਾਂ ਦਾ ਇਹ ਬਾਹਰ ਨਿਕਲਿਆ ਨਹੀਂ। ਹਾਂਜੀ, ਹਾਂ ਮਾਲ ਲੈਣ ਦੇਖਿਆ ਜੀ। ਫਿਰ ਉਦੋਂ ਬਾਅਦ ਇਹ ਜਦੋਂ ਨਿਕਲਿਆ ਨਹੀਂ ਬਾਹਰ ਤਾਂ ਅਸੀਂ ਗੇਟ ਖੋਲ੍ਹ ਕੇ ਦੇਖਿਆ, ਤਾਂ ਤਾਂ ਇਹ ਪੱਖੇ 'ਤੇ ਲਟਕਿਆ ਹੋਇਆ ਸੀਗਾ ਜੀ, ਰੱਸੀ ਪਾ ਕੇ ਗਲ 'ਚ। ਸਾਨੂੰ ਇੱਕ ਕਿਸੇ ਵਿਅਕਤੀ ਦਾ ਫੋਨ ਆਇਆ ਸੀ ਕਿ ਘੜੂਆਂ ਰੋਡ 'ਤੇ ਕਿਸੇ ਵਿਅਕਤੀ ਨੇ ਆਪਣੇ ਹੀ ਘਰ ਵਿੱਚ ਮਤਲਬ ਆਤਮ ਹੱਤਿਆ ਕਰ ਲਈ ਆ, ਜਿੱਥੇ ਮਾਣਯੋਗ SHO ਸਾਹਿਬ, ਮੈਂ ਡਿਊਟੀ ਅਫਸਰ ਅਤੇ ਹੋਰ ਮੁਲਾਜ਼ਮਾਂ ਨੇ ਜਾ ਕੇ ਦੇਖਿਆ। ਗੁਰਮੀਤ ਸਿੰਘ ਸਨ ਆਫ ਜੋਗਾ ਸਿੰਘ, ਵਾਸੀ ਘੜੂਆਂ ਰੋਡ ਬਰਨਾਲਾ, ਨੇ ਆਪਣੇ ਹੀ ਕਮਰੇ ਵਿੱਚ ਪੱਖੇ ਨਾਲ ਲਟਕ ਕੇ ਸੁਸਾਈਡ ਕਰ ਲਈ ਆ। ਇਹਦੇ ਬਾਰੇ ਮਤਲਬ ਬਾਡੀ ਭੇਜ ਦਿੱਤੀ ਹੈ ਜੀ ਹੋਸਪਿਟਲ, ਅਤੇ ਲੱਗਦਾ ਵੀ ਕੁਛ ਘੰਟੇ ਪਹਿਲਾਂ ਦੀ ਹੈ। ਜਗਬਾਣੀ TV ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ।